ਮਿਤੀ 5/8/24 ਨੂੰ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ, ਜਿਸ ਵਿੱਚ ਉਸਨੇ ਲਿਖਾਇਆ ਕਿ ਉਸਦੀ ਪਤਨੀ ਇਮਿੰਦਰ ਕੌਰ ਦਾ ਉਸ ਦੁਪਹਿਰੇ 12 ਵਜੇ ਕਿਸੇ ਵੱਲੋਂ ਮਰਡਰ ਕੀਤਾ ਗਿਆ। ਕਾਫੀ ਬੁਰੀ ਤਰ੍ਹਾਂ ਉਸਦੇ ਮੂੰਹ 'ਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ। ਇਸ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 FIR ਨੰਬਰ 103 ਅੰਡਰ ਸੈਕਸ਼ਨ 103(1)(332A)(3)(5) BNS ਦੇ ਅੱਗੇ ਤਹਿਤ ਅਸੀਂ FIR ਰਜਿਸਟਰ ਕੀਤੀ ਹੈਗੀ ਹੈ। ਜਿਸ ਲਈ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ 2 ਅਕਿਊਜ਼ ਫੜੇ ਹੈਗੇ ਆ, ਸਤਨਾਮ ਸਿੰਘ ਅਤੇ ਮਨਪ੍ਰੀਤ ਕੌਰ। ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ, ਅਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਹੈ ਮ੍ਰਿਤਕ ਦੀ ਨੂੰਹ ਹੈਗੀ ਹੈ। ਇਸ ਵਿੱਚ ਮੇਨ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਅਤੇ ਸਤਨਾਮ ਇਹਨਾਂ ਦੇ ਆਪਸ 'ਚ ਨਜਾਇਜ਼ ਸੰਬੰਧ ਸੀ, ਅਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਜੀ ਸੱਸ ਹੈਗੀ ਹੈ, ਇਹ ਇਹਨੂੰ ਰੋਕਦੀ ਸੀ, ਅਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ, ਅਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਣਬਣ ਰਹਿੰਦੀ ਸੀ। ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਅਤੇ ਅਸੀਂ ਜਿਹੜਾ ਇਹਦੇ ਵਿੱਚ ਜਿਸ ਨਾਲ ਇਹਦਾ ਮਰਡਰ ਹੋਇਆ ਹੈਗਾ ਉਹ ਵੈਪਨ ਵੀ ਬਰਾਮਦ ਕਰ ਲਿਆ, ਅਤੇ ਜਿਹੜੇ ਇਹਨਾਂ ਦੇ ਕੱਪੜੇ ਸੀ ਜਿਹੜੇ ਖੂਨ ਨਾਲ ਲਖਪਤ ਹੋਏ ਸੀ ਉਹ ਵੀ ਅਸੀਂ ਬਰਾਮਦ ਕਰ ਲਏ। ਇਹ ਸ਼ਾਪ ਵੈਪਰ ਸੀ, ਦਾਤਨ ਵੈਪਰ ਸੀ, ਉਹਨਾਂ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ। ਹਾਂ, ਇਹਨਾਂ ਦੋਨਾਂ ਦੀ ਸ਼ਮੂਲੀਅਤ ਹੈਗੀ, ਇਹਨਾਂ ਦੋਨਾਂ ਨੂੰ ਪਤਾ ਸੀ, ਅਤੇ ਇਹਨਾਂ ਦੇ ਦਿਨ ਦਿਹਾੜੇ ਇਹ ਨਾਲ ਹੀ ਰਹਿੰਦੀ ਸੀ, ਉਹਨਾਂ ਦੇ ਗੁਆਂਢ 'ਚ ਹੀ ਰਹਿੰਦੀ ਸੀ, ਬਿਲਕੁਲ ਨਾਲ ਸਾਂਝੀ ਕਰਨਾ ਕੰਨ ਸੀ, ਇਹਨਾਂ ਨੇ ਨਾਲ ਰਲ ਕੇ ਮਾਰਿਆ ਹੈਗਾ। ਹਾਂ, ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈਗਾ, ਜੋ ਅਸੀਂ ਹੈਗਾ ਦੋ ਦਿਨ ਦਾ ਰਿਮਾਂਡ ਮਿਲਿਆ ਸੀ, ਅਸੀਂ ਕਾਫੀ ਐਵੀਡੈਂਸ ਜਿਹੜੀ ਕਨੈਕਟ ਕਰਕੇ ਇਸ ਨੂੰ ਫਰਦਰ ਇਨਵੈਸਟੀਗੇਸ਼ਨ। ਮਾਰਿਆ ਭਤੀਜੇ ਨੇ ਸੀ, ਉਹ ਜੋ ਸਾਨੂੰ ਇਹ ਪਤਾ ਲੱਗਿਆ ਉਹ ਨਸ਼ਾ ਵੀ ਕਰਦਾ ਹੈਗਾ, ਅਤੇ ਉਹਨੇ ਨਸ਼ੇ ਦੀ ਆੜ 'ਚ ਇਹਦੀ ਜਿਹੜੀ ਆਪਣੀ ਜਿਹੜੀ ਹੈਗੀ ਹੈ ਸੰਬੰਧ ਸੀ ਜਿਹਦੇ ਨਾਲ ਉਹਦੇ ਨਾਲ ਰਲ ਕੇ ਮਾਰਿਆ ਹੈਗਾ। ਮਿਤੀ 5/8/24 ਨੂੰ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ, ਜਿਸ ਵਿੱਚ ਉਸਨੇ ਲਿਖਾਇਆ ਕਿ ਉਸਦੀ ਪਤਨੀ ਇਮਿੰਦਰ ਕੌਰ ਦਾ ਉਸ ਦੁਪਹਿਰੇ 12 ਵਜੇ ਕਿਸੇ ਵੱਲੋਂ ਮਰਡਰ ਕੀਤਾ ਗਿਆ। ਕਾਫੀ ਬੁਰੀ ਤਰ੍ਹਾਂ ਉਸਦੇ ਮੂੰਹ 'ਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ। ਇਸ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 FIR ਨੰਬਰ 103 ਅੰਡਰ ਸੈਕਸ਼ਨ 103(1)(332A)(3)(5) BNS ਦੇ ਅੱਗੇ ਤਹਿਤ ਅਸੀਂ FIR ਰਜਿਸਟਰ ਕੀਤੀ ਹੈਗੀ ਹੈ। ਜਿਸ ਲਈ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ 2 ਅਕਿਊਜ਼ ਫੜੇ ਹੈਗੇ ਆ, ਸਤਨਾਮ ਸਿੰਘ ਅਤੇ ਮਨਪ੍ਰੀਤ ਕੌਰ। ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ, ਅਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਹੈ ਮ੍ਰਿਤਕ ਦੀ ਨੂੰਹ ਹੈਗੀ ਹੈ। ਇਸ ਵਿੱਚ ਮੇਨ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਅਤੇ ਸਤਨਾਮ ਇਹਨਾਂ ਦੇ ਆਪਸ 'ਚ ਨਜਾਇਜ਼ ਸੰਬੰਧ ਸੀ, ਅਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਜੀ ਸੱਸ ਹੈਗੀ ਹੈ, ਇਹ ਇਹਨੂੰ ਰੋਕਦੀ ਸੀ, ਅਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ, ਅਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਣਬਣ ਰਹਿੰਦੀ ਸੀ। ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਅਤੇ ਅਸੀਂ ਜਿਹੜਾ ਇਹਦੇ ਵਿੱਚ ਜਿਸ ਨਾਲ ਇਹਦਾ ਮਰਡਰ ਹੋਇਆ ਹੈਗਾ ਉਹ ਵੈਪਨ ਵੀ ਬਰਾਮਦ ਕਰ ਲਿਆ, ਅਤੇ ਜਿਹੜੇ ਇਹਨਾਂ ਦੇ ਕੱਪੜੇ ਸੀ ਜਿਹੜੇ ਖੂਨ ਨਾਲ ਲਖਪਤ ਹੋਏ ਸੀ ਉਹ ਵੀ ਅਸੀਂ ਬਰਾਮਦ ਕਰ ਲਏ। ਇਹ ਸ਼ਾਪ ਵੈਪਰ ਸੀ, ਦਾਤਨ ਵੈਪਰ ਸੀ, ਉਹਨਾਂ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ। ਹਾਂ, ਇਹਨਾਂ ਦੋਨਾਂ ਦੀ ਸ਼ਮੂਲੀਅਤ ਹੈਗੀ, ਇਹਨਾਂ ਦੋਨਾਂ ਨੂੰ ਪਤਾ ਸੀ, ਅਤੇ ਇਹਨਾਂ ਦੇ ਦਿਨ ਦਿਹਾੜੇ ਇਹ ਨਾਲ ਹੀ ਰਹਿੰਦੀ ਸੀ, ਉਹਨਾਂ ਦੇ ਗੁਆਂਢ 'ਚ ਹੀ ਰਹਿੰਦੀ ਸੀ, ਬਿਲਕੁਲ ਨਾਲ ਸਾਂਝੀ ਕਰਨਾ ਕੰਨ ਸੀ, ਇਹਨਾਂ ਨੇ ਨਾਲ ਰਲ ਕੇ ਮਾਰਿਆ ਹੈਗਾ। ਹਾਂ, ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈਗਾ, ਜੋ ਅਸੀਂ ਹੈਗਾ ਦੋ ਦਿਨ ਦਾ ਰਿਮਾਂਡ ਮਿਲਿਆ ਸੀ, ਅਸੀਂ ਕਾਫੀ ਐਵੀਡੈਂਸ ਜਿਹੜੀ ਕਨੈਕਟ ਕਰਕੇ ਇਸ ਨੂੰ ਫਰਦਰ ਇਨਵੈਸਟੀਗੇਸ਼ਨ। ਮਾਰਿਆ ਭਤੀਜੇ ਨੇ ਸੀ, ਉਹ ਜੋ ਸਾਨੂੰ ਇਹ ਪਤਾ ਲੱਗਿਆ ਉਹ ਨਸ਼ਾ ਵੀ ਕਰਦਾ ਹੈਗਾ, ਅਤੇ ਉਹਨੇ ਨਸ਼ੇ ਦੀ ਆੜ 'ਚ ਇਹਦੀ ਜਿਹੜੀ ਆਪਣੀ ਜਿਹੜੀ ਹੈਗੀ ਹੈ ਸੰਬੰਧ ਸੀ ਜਿਹਦੇ ਨਾਲ ਉਹਦੇ ਨਾਲ ਰਲ ਕੇ ਮਾਰਿਆ ਹੈਗਾ।
ਮਹਿੰਦਰ ਕੌਰ ਦਾ ਮਹਿੰਦਰ ਕੌਰ ਹਾਂਜੀ ਹਾਂਜੀ